ਜੀ ਸਤਿ ਸ਼੍ਰੀ ਅਕਾਲ ਜੀ। ਪਰਸੋਂ ਚੌਥ ਜਣਾ ਮੈਂ ਬੈਠਾ ਆ ਕੰਮ 'ਤੇ, ਕਾਲ ਆਈ ਅਤੇ ਮੈਨੂੰ ਪੁੱਛਣ ਲੱਗ ਗਿਆ 5-6 ਮਿੰਟ ਗੱਲਾਂ ਕਰਕੇ, ਸਾਰਾ ਕੁਝ ਪੁੱਛ ਕੇ ਕਿਵੇਂ ਕਿਵੇਂ ਚੱਲਦੇ ਕਿਵੇਂ ਚੱਲ। ਫਿਰ ਕਹਿੰਦਾ ਸਾਲਿਓ ਝੂਠ ਬੋਲਦੇ ਹੋ ਤੁਸੀਂ। ਮੈਂ ਭਾਈ ਐਕਸਕਿਊਜ਼ ਮੀ, ਮੈਂ ਤੈਨੂੰ ਮੈਂ ਹਾਂ ਕਹਿੰਦਾ, ਮੈਂ ਤੇਰੇ ਨਾਲ ਹੀ ਗੱਲ ਕੱਢ ਕੇ ਫਿਰ ਕਹਿੰਦਾ ਤੇਰੇ ਨਾਲ ਹੀ ਗੱਲ ਕਰਦਾ। ਮੈਂ ਕੀ ਚੱਕਰ? ਕਹਿੰਦਾ ਹੋ ਹੀ ਨਹੀਂ ਸਕਦਾ ਕਿ ਇੱਦਾਂ ਗੇੜੇ ਲੱਗ ਹੀ ਨਹੀਂ ਸਕਦੇ ਫੀਨਿਕਸ। ਭਾਅ ਜੀ ਆ ਜਾਓ, ਜਿਹੜਾ ਮਰਜ਼ੀ ਆ ਜਾਓ, ਮੈਂ ਤੈਨੂੰ ਵਿਖਾਉਂਦਾ ਕਿਵੇਂ ਲੱਗਦੇ ਗੇੜੇ। ਦੋ ਗੇੜੇ ਲੱਗਣਗੇ 48 ਤੋਂ 55 ਆਵਰ ਦੇ ਵਿੱਚ ਵਿੱਚ। 2 ਦਿਨਾਂ ਛੁੱਟੀ ਵੀ ਮਿਲੂਗੀ ਕਿਉਂਕਿ 50 ਘੰਟੇ ਹੋ ਗਏ। ਅਤੇ ਇੱਕ ਅੱਧਾ ਗੇੜਾ ਜੇ ਲਾਉਣਾ ਹੈ ਐਲੇ ਦਾ ਵੀ ਲੱਗ ਸਕਦਾ, ਜੇ ਹੋਰ ਪੈਸੇ ਬਣਾਉਣ ਲਈ 100% ਗੇੜੇ ਲੱਗਦੇ ਆ ਲੀਗਲ। ਇੱਥੋਂ ਜਾਓ ਸਟਕਟਨ ਤੋਂ 45 ਨੰਬਰ 'ਤੇ ਜਾ ਕੇ ਸੌਂ ਜਾਓ, ਸਵੇਰੇ ਉੱਠ ਕੇ ਲੋਡ ਲਾ ਦਿਓ 2 ਘੰਟੇ ਚਲਾ ਕੇ। ਉੱਥੋਂ ਫਿਰ ਟਰਾਲਾ ਚੱਕ ਲਓ ਅਤੇ ਵਾਪਸ ਆ ਜਾਓ, ਬਿਕਸ ਵੀ ਲਾ ਕੇ ਸੌਂ ਜਾਓ, ਸਵੇਰੇ ਉੱਠ ਕੇ ਤਾਂ ਫਿਰ ਲਾ ਦਿਓ ਸਟਕਟਨ। ਸਟਕਟਨ ਤੋਂ ਫਿਰ ਤੁਰ ਪਓ ਬੇਕਰਸ ਫੀਲਡ ਜਾ ਕੇ, ਫਿਰ ਸੌਂ ਜਾਓ ਅਗਲੇ ਦਿਨ ਲਾ ਤੁਰ ਕੇ, ਤੇ ਲਾ ਕੇ ਲੋਡ, ਤੇ ਅਗਲਾ ਲੋਡ ਚੱਕ ਕੇ ਤੇ ਵਾਪਸ ਆ ਜਾਓ, ਤੇ 3ਜੇ ਦਿਨ ਕਰੇ ਬਸ ਲੱਗ ਗਏ 2 ਗੇੜੇ। ਇੰਨੀ ਗੱਲ ਵਾ ਐਵੇਂ ਬਸ, ਤੇ ਇਹ ਗੱਲਾਂ ਗੱਲਾਂ ਦੇ ਵਿੱਚ ਲੱਗ ਗਏ। ਜੇ ਤੁਸੀਂ ਆ ਜਾਓ ਮੈਂ ਅਸਲ ਦੇ ਵਿੱਚ ਵੀ ਲਵਾਉਂਗਾ, ਤੇ ਜਿੰਨੇ ਉਂਝ ਵੈਰੀਫਾਈ ਕਰਨਾ ਉਹ ਵੀ ਆ ਜਾਓ, ਮੈਂ ਲੌਗ ਬੁੱਕ ਵਿਖਾਉਂ ਜਿਵੇਂ ਲੋਕਾਂ ਨੇ ਲਾਏ। ਇਹ ਝੂਠ ਆਪਾਂ ਤੈਨੂੰ ਪਤਾ ਹੀ ਯਾਰ, ਨਕਲੀ ਲੌਗ ਬੁੱਕਾਂ ਹੈ ਨਹੀਂ, ਅਸਲੀ ਆ। ਆ ਜਾਓ ਜਦੋਂ ਮਰਜ਼ੀ, ਨੋ ਪ੍ਰੋਬਲਮ।